ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਗੁਆਂਢੀ ਦੇਸ਼ਾਂ ਨਾਲ ਭਾਰਤ ਦੇ ਸੰਬੰਧਾਂ ਦੇ ਵਿੱਚੋਂ ਵਿਸ਼ਾ ਆਪਣਾ ਜਿਹੜਾ ਉਹ ਭਾਰਤ-ਪਾਕਿਸਤਾਨ ਦੇ ਸੰਬੰਧਾਂ ਬਾਰੇ ਹੈਗਾ ਤੇ ਸ਼ੁਰੂ ਕਰ ਦੇਵਾਂਗੇ ਭੂਮਿਕਾ ਦੇ ਵਿੱਚ 14 ਅਗਸਤ 347 ਨੂੰ ਪਾਕਿਸਤਾਨ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਅੱਜ ਤੱਕ ਭਾਰਤ-ਪਾਕਿਸਤਾਨ ਸਬੰਧ ਮਿੱਤਰਤਾਪੂਰਨ ਘਟ ਤੇ ਤਣਾਪੂਰਨ ਰਹੇ ਹਨ ਇਸ ਦੇ ਮੁੱਖ ਕਾਰਨ ਅੜਦੇ ਅਗੇ ਆਪਾਂ ਭਾਰਤ ਦਿਨਾਂ ਦੇ ਸਵੰਧ ਰਹੇ ਇਹਦੇ ਮੁੱਖ ਕਾਰਨ ਜਿਹੜੇ ਨੇਗੇ ਪਾਕਿਸਤਾਨ ਵਿੱਚ ਧਾਰਮਿਕ ਕੱਟੜਤਾ ਦਾ ਕੱਟੜਤਾਪਨ ਸਨਾਰਥੀ ਸਮੱਸਿਆ ਜਨ ਸੰਪਤੀ ਦੀ ਸਮੱਸਿਆ ਕਸ਼ਮੀਰ ਸਮੱਸਿਆ ਸੀਮਾ ਸੰਧੀ ਸੀਮਾ ਸੰਧੀ ਸੰਧੀ ਬਣ ਰਹੀ ਹੈ ਸੰਧੀ ਝਗੜੇ ਗਰੇਈ ਪਾਣੀਆਂ ਦੀ ਵੰਡ ਦੀ ਸਮੱਸਿਆ ਇਹ ਜਿਹੜੇ ਮੁੱਖ ਕਾਰਨ ਨੇ ਕਿ ਪਹਿਲਾ ਪੜਦੇ ਪਾਕ ਕਸ਼ਮੀਰ ਸਮੱਸਿਆ ਕਸ਼ਮੀਰ ਰਿਆਸਤਾ ਰਾਜਾ ਹਰੀ ਸਿੰਘ Hindu ਸੀ ਅਤੇ ਬਹੁਗਿਣਤੀ ਜਨਸੰਖਿਆ ਮੁਸਲਮਾਨ ਸੀ ਅਕਤੂਬਰ 1947 ਨੂੰ ਵਿੱਚ ਪਾਕਿਸਤਾਨ ਨੇ ਕਬੀਲਿਆਂ ਅਤੇ ਆਪਣੇ ਸੈਨਿਕਾਂ ਤੋਂ ਕਸ਼ਮੀਰ ਤੇ ਹਮਲਾ ਕਰਵਾ ਦਿੱਤਾ 26 ਅਕਤੂਬਰ 1947 ਨੂੰ ਕਸ਼ਮੀਰ ਸਿੰਘ ਨੇ ਰਾਜਾ ਕਸ਼ਮੀਰ ਦੇ ਰਾਜਾ ਹਰੀ ਸਿੰਘ ਨੇ ਕਸ਼ਮੀਰ ਨੂੰ ਭਾਰਤ ਵਿੱਚ ਮਿਲਾਉਣ ਦਾ ਐਲਾਨ ਕਰ ਦਿੱਤਾ ਭਾਰਤੀ ਫੌਜ ਨੇ ਪਾਕਿਸਤਾਨੀਆਂ ਨੂੰ ਪਿੱਛੇ ੱਟਣਾ ਸ਼ੁਰੂ ਕਰ ਦਿੱਤਾ ਜਦੋਂ ਕਸ਼ਮੀਰ ਦਾ ਲਗਭਗ 1 ਤਿਹਾਈ ਭਾਗ ਪਾਕਿਸਤਾਨ ਕੋ ਰਹਿ ਗਿਆ ਤਾਂ ਭਾਰਤ ਗਵਰਨਰ ਜਨਰਲ ਲਾਰਡ ਮਾਉਂਟ ਵੇਟਨ ਦੀ ਸਲਾਹ ਤੇ ਕਸ਼ਮੀਰ ਮਾਮਲਾ 1 ਜਨਮਰੀ 1948 ਨੂੰ ਸੰਯੁਕਤ ਰਾਸ਼ਟਰ ਸੰਗ ਕੋਲ ਲੱਗ ਗਿਆ 17 ਜਨਵਰੀ 1947 ਨੂੰ ਸੁਰੱਖਿਆ ਪਰਿਸ਼ਦ ਨੇ ਜਨਮਤ ਸੰਗਰਹਿ ਰਾਹੀਂ ਮਸਲਾ ਹੱਲ ਕਰਨ ਦਾ ਸੁਝਾਅ ਦਿੱਤਾ ਤੇ ਜਿਹੜਾ ਪਾਕਿਸਤਾਨ ਜਿਹੜਾ ਹੁਣ ਤੱਕ ਉਹ ਕਸ਼ਮੀਰ ਵਿੱਚ ਅੱਤਵਾਦ ਜਿਹੜਾ ਫਲਾਉਂਦਾ ਰਿਹਾ ਹੈਗਾ ਉਸ ਤੋਂ ਅੱਗੇ 1965 ਭਾਰਤ-ਪਾਕਿਸਤਾਨ ਜੰਗ 5 ਸਤੰਬਰ 1965 ਨੂੰ ਭਾਰਤ ਦੈਨ ਆਰ ਪਾਕਿਸਤਾਨ ਨੇ ਜੰਮੂ ਦੇ ਸੰਭ ਜੋੜੀਆਂ ਖੇਤਰ ਤੇ ਹਮਲਾ ਹਮਲਾ ਕਰ ਦਿੱਤਾ ਜਿਸ ਨਾਲ ਭਾਰਤ ਪਾਕਿਸਤਾਨ ਵਿੱਚ ਭਿਆਨਕ ਜੁੱਧ ਛਿੜ ਗਿਆ ਭਾਰਤ ਨੇ ਪਾਕਿਸਤਾਨ ਦਾ 740 ਵਰਗ ਮੀਟਰ ਖੇਤਰ ਆਪਣੇ ਕਬਜ਼ੇ ਵਿੱਚ ਲੈ ਲਿਆ ਇਸ ਜੁੱਧ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਸਨ ਸੰਯੁਕਤ ਰਾਸ਼ਟਰ ਦੀ ਅਪੀਲ ਤੇ 22 ਸਤੰਬਰ 1965 ਨੂੰ ਜੁੱਧ ਵਿਰਾਮ ਹੋ ਗਿਆ ਆ ਦੇਖਦੇ ਆਪਾਂ ਜੁੱਧ ਦੇ ਰਹੇ ਯਾਨੀ ਫੋਟੋ ਮਾ ਲੱਗੀਆਂ ਹੋਈਆਂ ਨਹੀਂ ਆ ਉਸ ਤੋਂ ਅੱਗੇ ਤਾਸਕੰਦ ਸਮਝੌਤਾ ਇਹਦਾ ਬਹੁਤ ਮਹੱਤਵਪੂਰਨ ਆ ਇਹਦਾ ਪੇਪਰ ਦੇ ਵਿੱਚ ਆਖਿਸ ਪੁੱਛਿਆ ਅੰਦਰ ਆ ਜੀ 1965 ਦੇ ਵਿੱਚ ਭਾਰਤ ਪਾਕਿਸਤਾਨ ਜੁੱਧਕਾਰਨ ਉਤਪਨ ਹੋਈਆਂ ਸਮੱਸਿਆਵਾਂ ਦੇ ਹੱਲ ਲਈ ਸੋਵੀਤ ਰੂਸ ਦੇ ਪ੍ਰਧਾਨ ਮੰਤਰੀ ਅਲੈਕਸੀ ਕੋਸੀਗਨ ਦੇ ਯਤਨਾਂ ਦੁਆਰਾ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਪਾਕਿਸਤਾਨ ਦੇ ਰਾਸ਼ਟਰਪਤੀ ਆਯੂਬ ਖਾਨ ਵਿਚਕਾਰ ਰੂਸ ਦੇ ਸ਼ਹਿਰ ਤਾਸਕਨ ਵਿਖੇ 10 ਜਨਵਰੀ 1966 ਨੂੰ ਇਤਿਹਾਸਕ ਸਮਝੌਤਾ ਹੋਇਆ ਤੇ ਦੋਵੇਂ ਦੇਸ਼ਾਂ ਤੋਂ ਦੇਸ਼ ਜੰਦ ਤੋਂ ਪਹਿਲਾਂ ਵਾਲੀ ਸੀਮਾ ਰੇਖਾ ਤੇ ਵਾਪਸ ਮੋੜਨ ਲਈ ਸਹਿਮਤ ਹੋ ਗਏ ਉਸ ਤੋਂ ਅੱਗੇ 1971 ਭਾਰਤ ਪਾਕਿਸਤਾਨ ਜੰਗ 1970 ਵਿੱਚ ਪਾਕਿਸਤਾਨੀ ਫੌਜ ਨੇ ਪੂਰਬੀ ਪਾਕਿਸਤਾਨ ਹੁਣ ਜਿਹੜਾ ਉਹ ਬੰਗਲਾਦੇਸ਼ ਦੇ ਲੋਕਾਂ ਉੱਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਸਰਨਾਰਥੀ ਭਾਰਤ ਆਉਣ ਲੱਗੇ ਪਾਕਿਸਤਾਨ ਨੇ ਪੂਰਬੀ ਪਾਕਿਸਤਾਨ ਦੀ ਆਜ਼ਾਦੀ ਦੀ ਲੜਾਈ ਵਿੱਚ ਭਾਰਤ ਦਾ ਹੱਥ ਹੋਣ ਦਾ ਇਲਜ਼ਾਮ ਲਾ ਕੇ 3 ਦਸੰਬਰ ਨੂੰ 1971 ਨੂੰ ਭਾਰਤ ਹਮਰ ਉੱਪਰ ਹਮਲਾ ਕਰ ਦਿੱਤਾ ਭਾਰਤ ਨੇ 6 ਦਸੰਬਰ 1971 ਨੂੰ ਬੰਗਲਾਦੇਸ਼ ਨੂੰ ਆਜ਼ਾਦ ਦੇਸ਼ ਦੇ ਤੌਰ ਤੇ ਮਾਨਤਾ ਦਿੱਤੀ 16 ਦਸੰਬਰ 1971 ਨੂੰ ਪਾਕਿਸਤਾਨ ਦੀ 93000 ਫੌਜ ਨੇ ਭਾਰਤ ਅੱਗੇ ਹਥਿਆਰ ਛੱਡ ਦਿੱਤੇ 17 ਦਸੰਬਰ 1971 ਨੂੰ ਜੁੱਧ ਬ੍ਰਾਮ ਹੋ ਗਿਆ ਉਸ ਤੋਂ ਅੱਗੇ ਸਿਮਲਾ ਸਮਝੌਤਾ ਵੀ ਰਹੀ ਮਹਤਵਪੂਰਨ ਬਹੁਤ ਸਿਮਲਾ ਸਮਝੌਤਾ 1972 ਸਿਮਲਾ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਭੁੱਟੋ ਵਿਚਕਾਰ 2 ਜੁਲਾਈ 1972 ਨੂੰ ਹੋਇਆ ਭਾਰਤ ਨੇ ਪਾਕਿਸਤਾਨ ਦੇ ਫੌਜੀ ਅਤੇ ਜਿੱਤੇ ਇਲਾਕੇ ਵਾਪਸ ਕਰ ਦਿੱਤੇ ਉਸ ਤੋਂ ਅਗੇ ਰੇਜ ਭਾਜਪਾ ਦੀ ਲਾਹੌਰ巴士 ਯਾਤਰਾ ਭਾਰਤ ਦੇ ਪ੍ਰਧਾਨ ਮੰਤਰੀ ਬਾਜਪਾਈ 20 ਫਰਵਰੀ 1999 ਨੂੰ ਵਸਰਾਹੀ ਲਾਹੌਰ ਗਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਬਾਜਪਾਈ ਜੀ ਨੇ ਲਾਹੌਰ ਘੋਸ਼ਣਾ ਤੇ ਦਸਕਤ ਕਰਕੇ ਇਤਿਹਾਸਕ ਸ਼ਾਂਤੀ ਸਮਝੌਤਾ ਕੀਤਾ ਆ ਦੇਖ ਸਕਦੇ ਨੇ ਜੀ ਆਪਣੇ ਫੋਟੋਆਂ ਨਹੀਂ ਲੱਗੀਆਂ ਇੱਧਰ ਫੋਟੋ ਤੇ ਟੱਲੇ ਵੇਰੀ ਬਾਜਪਾਈ ਜਿਹੜੀ ਹੋ ਬਸਤੀ ਵਿੱਚ ਦੀ ਬੈਠੇ ਆਪ ਦੇਖਦੇ ਆਂਗੀ ਤੇ ਉਸ ਤੋਂ ਅਗੇ ਕਾਰਗਲ ਜੁੱਧ ਰਹੀ ਜਦੋਂ ਸਰਦੀਆਂ ਵਿੱਚ ਭਾਰਤੀ ਫੌਜ ਕਾਰਗਲ ਤੇ ਦਰਾਸ ਦੀਆਂ ਉੱਚੀਆਂ ਚੌਂਕੀਆਂ ਖਾਲੀ ਕਰ ਗਈ ਕਰ ਆਈਆਂ ਤਾਂ ਪਾਕਿਸਤਾਨੀ ਫੌਜ ਨੇ ਕੁਝ ਪੈਟੀਆਂ ਦੇ ਰੂਪ ਵਿੱਚ ਉੱਥੇ ਕਬਜ਼ਾ ਕਰ ਲਿਆ ਭਾਰਤ ਫੌਜ ਨੇ ਜਵਾਬੀ ਕਾਰਵਾਈ ਕਰਕੇ ਉਹਨਾਂ ਨੂੰ ਭਜਾ ਦਿੱਤਾ ਉਸ ਤੋਂ ਗਈ ਪਾਕਿਸਤਾਨੀ ਅੱਤਵਾਦਕਾਂ ਅੱਤਵਾਦੀਆਂ ਦੀਆਂ ਕਾਰਵਾਈਆਂ ਰਹੀ ਜੀ ਪਾਕਿਸਤਾਨੀ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਉੱਪਰ 1 ਅਕਤੂਬਰ 2001 ਨੂੰ ਭਾਰਤੀ ਸੰਸਦ ਤੇ 13 ਦਸੰਬਰ 2001 ਨੂੰ 26 ਨਵੰਬਰ 2008 ਨੂੰ ਮੁੰਬਈ ਹਮਲਾ ਅਤੇ ਬਾਲ ਕੋਟ ਹਮਲਾ ਕਰਕੇ ਸਮੇਂ ਸਮੇਤੇ ਪਾਕਿਸਤਾਨ ਦੇ ਸਬੰਧ ਖਰਾਬ ਕੀਤੇ ਹਨ ਜਿਹਦਾ ਸਿੱਟਾ ਕੀ ਹੈ ਨਿਕਲਦਾ ਰਹੇ ਜੀ ਅਪਰੋਖ ਤੇ ਚਰਚਾ ਤੋਂ ਸਿੱਟਾ ਇਹ ਨਿਕਲ ਆਇਆ ਹੈ ਕਿ ਕਸ਼ਮੀਰ ਸਮੱਸਿਆ ਤੇ ਪਾਕਿਸਤਾਨ ਦੁਆਰਾ ਅਤਵਾਦੀ ਕਾਰਵਾਈਆਂ ਭਾਰਤ-ਪਾਕਿਸਤਾਨ ਸਬੰਧਾਂ ਨੂੰ ਆਮ ਵਰਗਾ ਨਹੀਂ ਹੋਣ ਦਿੰਦੀਆਂ ਠੀਕ ਹੈ ਇਹ ਇਹ ਜਿਹੜਾ ਮਹੱਤਵਪੂਰਨ ਪ੍ਰਸ਼ਨ ਆਗਾ 6 ਨੰਬਰ ਦੇ ਵਿੱਚ ਪੁੱਛਿਆ ਜਾ ਸਕਦਾ ਹੈਗਾ ਤੇ ਜਿਹੜੇ ਤਾਸ਼ਕੰਦ ਸਮਝੌਤਾ ਆ ਜਾਂ ਕਾਰਗਿਲ ਯੁੱਧ ਬਾਰੇ ਜਿਹੜਾ ਉਹ ਸੋ ਨੂੰ ਸ਼ਾਰਟ ਨੋਟ ਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈਗਾ ਇਹਨੂੰ ਤੁਸੀਂ ਧਿਆਨ ਨਾਲ ਪੜ੍ਹ ਲੈਣਾਗਾ ਸੁਣ ਲੈਣਾਗਾ ਤੇ ਅੱਗੇ ਚੈਨਲ ਸਬਸਕ੍ਰਾਈਬ ਕਰ ਲਿਓ ਅੱਗੇ ਸ਼ੇਅਰ ਕਰ ਦਿਓ ਕਮੈਂਟ ਕਰੋ ਧੰਨਵਾਦ